स्वागत आ किसान वीरों तुहाडा सिद्क डेयरी फार्मिंग दे विच। किसान वीरों अज जिहड़ी वीडियो बना रहे हैं पिंड हरीनौ कोटकपुरा तहसील ते फरीदकोट जिले का यह पिंड कोटकपुरे के बिल्कुल नेड़ ही रह जांदा। कोटकपुरे तो सड़क अगे निकलती है दोस्तों रामियाणा अबलू कोटली नू, उस सड़क के उत्ते पिंड आउंदा है। ते जिहड़े घर चों वीडियो बना रहे हैं भाई व्यापार का काम करते हैं, इन्हां कोल गावां विक्री वालियां आउंदियां दो नाग अज की वीडियो जिहड़े दिखाउणे आ। दोनों ही दोस्तों वक्रे रंग रूप च, जिवें तुसीं सामने गां देख सकते हो लाल चिट्टे डब्ब है, तो इन्हें मेलकाफ नूं जन्म दिता। तो इह तों बिना एक जरसी पक्ष च पैंदी वैड़ बिल्कुल ताज़ी सूई, तो इन्हें जिहड़ी वच्छी दित्ती है दोस्तों टॉम कैट की वच्छी नूं जन्म दिता। 40146 नंबर बुल है डेनमार्क का। इनफॉर्मेशन मैं तां दस्सदी वी आउण सर पहलां बाई ने दिखाया ही उहदा स्ट्रा सी मोबाइल दे विच, फोटो वीर कोल आई भी है जिन्हां तों इह गां खरीदी है। सो इह दो नाग विकाऊ दोने सूए सवाए, बेनती है भी जिहड़ी गां तुसीं खरीदनी चाहो उहदी तसल्ली करिओ फुल ते आके देख के आपदी समझ नाल खरीद लिओ। नंबर स्क्रीन उत्ते बाई दा चलदा रहेगा, शुरुआत पहले नंबर वाली गां तो इह तों कर लैणी है। दूजे नंबर ते तुहानूं फिर सामने खड़ी जिहड़ी सोहणी जर्सी च पैंदी वैड़ उह दिखावांगे। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਨਾਮ ਦੱਸਿਓ ਆਪਣਾ। ਰਾਜਪਾਲ ਸ਼ਰਮਾ। ਰਾਜਪਾਲ ਬਾਈ ਅੱਜ ਦੋ ਗਾਵਾਂ ਆਪਣੇ ਕੋਲ। ਹਾਂਜੀ, ਪਹਿਲੇ ਨੰਬਰ ਤੇ ਗਾਂ ਕਿੰਨਵਾਂ ਸੂਆ ਸੂਈ ਹੈ? ਇਹ ਦੂਜਾ ਸੂਆ ਸੂਈ ਹੈ। ਕਦੋਂ ਕਸੂਈ ਹੈ ਇਹ? 19 ਤਰੀਕ ਦੀ ਸੂਈ ਹੈ। 19 ਤਰੀਕ ਦੀ, ਅੱਜ 26 ਤਰੀਕ ਹੈ। ਹਾਂਜੀ। 7 ਦਿਨਾਂ ਦੀ ਸੂਈ ਥੱਲੇ ਦੁੱਧ ਹੁਣ ਕਿੰਨਾ? ਦੁੱਧ ਜੀ ਹੋਊਗਾ 20 ਕਿਲੋ ਵਾਲਾ ਜੀ। 20 ਕਿਲੋ ਹੁਣ 7 ਦਿਨਾਂ ਦੀ ਸੂਈ ਥੱਲੇ ਹੋਊਗਾ। ਹਾਂਜੀ। ਕੀ ਡਿਮਾਂਡ ਰਹਿਣੀ ਹੈ ਬਾਈ? ਇਹਦੇ 95,000 ਰੁਪਈਆ ਮਾਨਤਨ ਹੋ ਜੂਗਾ। 95,000 ਚੋਂ ਮਾਨਤਨ ਕਰ ਦੇਣਗੇ, ਖੁੱਲ ਕੇ ਤੋਰ ਕੇ। ਸੋ ਦੋਸਤੋ ਬੱਚਾ ਵੱਛਾ ਹੈ, ਪਹਿਲੇ ਸੂਏ ਦਾ ਰਿਕਾਰਡ ਬਹੁਤ ਚੰਗਾ ਰਿਹਾ ਜੀ ਇਹਦਾ। ਅੱਛਾ। 26 ਕਿਲੋ ਦੁੱਧ ਪਹਿਲੇ ਸੂਏ ਦਿੱਤਾ, ਦੂਜਾ ਸੂਏ ਸੂਈ। ਓਕੇ। ਸੋ ਇਹ ਕ੍ਰੋਸ ਬਰੀਡ ਗਾਂ ਹੈ, ਐਚ ਐਫ ਅਤੇ ਜਰਸੀ ਜਾਂ ਸਮੇਲ ਜਾਂ ਹੋਊਗਾ ਰੱਬ ਜਾਣੇ ਰੰਗ ਜਿਹੜਾ ਚਿੱਟਾ ਅਤੇ ਲਾਲ ਹੈ। ਐਰਸ਼ਾਇਰ ਕਹਿੰਦੇ ਵੈਸੇ। ਠੀਕ ਹੈ, ਐਰਸ਼ਾਇਰ ਬਾਈ ਕਹਿੰਦਾ ਵੀ ਮਾਲਕਾਂ ਨੇ ਦੱਸਿਆ ਵੀ ਇਹ ਹੈਗੀ ਹੈ। ਬਾਕੀ ਬਰੀਡ ਬਾਰੇ ਇਹ ਹੁੰਦਾ ਵੀ ਜਿਹਨੇ ਪਸ਼ੂ ਖਰੀਦਣਾ ਭਾਈ ਤੁਸੀਂ ਸਮਝੋ, 95,000 ਰੇਟ ਦੇ ਹਿਸਾਬ 'ਤੇ ਤੁਸੀਂ ਇਸ ਗਾਂ ਨੂੰ ਦੇਖਣਾ। 20 ਕਿਲੋ ਸੱਤਵੇਂ ਦਿਨ ਬੌਲਾ ਕਹਿ ਲਓ ਦੁੱਧ ਕਹਿ ਲਓ ਇਹਦੇ ਥੱਲੇ ਹਾਜ਼ਰ ਹੈ। ਦਰਮਿਆਨਾ ਜਿਹਾ ਕੱਦ ਕਾਠ ਹੈ, ਕੱਦ ਜਿਹੜਾ ਉਹ ਜਰਸੀ ਗਾਵਾਂ ਨੂੰ ਲੱਗੂਗਾ, ਤੁਹਾਨੂੰ ਵੇਲ ਲੈਂਥ ਸਾਰੀ ਜਰਸੀ ਗਾਵਾਂ ਨੂੰ ਲੱਗੂਗੀ, ਅਤੇ ਪਰ ਹਵਾਨਾ ਵੱਡਾ। ਮੋੜ ਲਓ ਬਾਈ, ਸੋਹਣੇ ਰੰਗ ਰੂਪ ਦੀ ਇਹ ਵੈੜ, ਠੰਡੀ ਸੀਲ ਫੁੱਲ ਹੈ, ਬੱਚਾ ਇਹਨੇ ਬੱਚੇ ਨੂੰ ਜਨਮ ਦਿੱਤਾ। ਢਾਂਚਾ ਤੁਹਾਨੂੰ ਮੈਂ ਦੱਸ ਹੀ ਰਿਹਾ ਇਹਦਾ, ਹਵਾਨਾ ਕਾਫੀ ਤਕੜਾ। ਦੱਸੋ ਇਹ ਕੱਦ ਕਾਠ ਬਾਰੇ ਜਿਹੜਾ ਉਹ ਅੰਦਾਜ਼ਾ ਮੈਂ ਵੀ ਲਵਾਉਣਾ ਹੁੰਦਾ ਵੀ ਜਿਹੜਾ ਵੀਰ ਨਾਲ ਤੁਰਦਾ ਉਹ ਦੋਨਾਂ ਗਾਵਾਂ ਨਾਲ ਹੀ ਤੁਰੂਗਾ। ਦੂਜੀ ਗੱਲ, ਖੁਰਲੀ ਤੋਂ ਅੰਦਾਜ਼ਾ ਹੁੰਦਾ ਜਿਹੜੀ ਸਾਹਮਣੇ ਖੁਰਲੀ ਉਹ ਤੋਂ ਅੰਦਾਜ਼ਾ ਲੱਗ ਜੂਗਾ ਵੀ ਗਾਂ ਦਾ ਕੱਦ ਕਾਠ ਕਿੰਨਾ ਕੁ ਹੈ। ਸੋ ਇਹ ਪਹਿਲੇ ਨੰਬਰ 'ਤੇ ਤਕੜੇ ਹਵਾਨੇ 'ਚ ਹੈ, ਥਾਣੇ ਦੇ ਤੁਸੀਂ ਨੇੜੇ ਤੋਂ ਦੇਖ ਲਓ। ਦੱਸੋ ਅਜੇ ਪਸਮਾ ਚੋ ਕੇ ਥਾਣ ਬਣੂਗਾ, ਰੰਗ ਰੂਪ ਇਹਦਾ ਬਹੁਤ ਸੋਹਣਾ। ਸੋ ਇਹਦਾ ਰੇਟ 95,000, ਇੱਕ ਜਰਸੀ ਪੱਖ 'ਚ ਪੈਂਦੀ ਵੈੜ ਜਿਹਦੇ ਨਾਲ ਵੱਛੀ ਹੈ ਟੌਮ ਕੈਟ ਦੀ। ਬਾਈ ਕਿੰਨਵਾਂ ਸੂਆ ਰਾਜਪਾਲ ਬਾਈ? ਇਹ ਪਹਿਲਾ ਸੂਆ ਸੂਈ ਹੈ ਜੀ। ਪਹਿਲਾ ਸੂਆ ਇਹ ਕਦੋਂ ਸੂਈ ਹੈ ਬਾਈ? ਕੱਲ੍ਹ ਵਾਲੀ ਰਾਤ ਹੀ। ਰਾਤ ਹੀ ਸੂਈ ਹੈ ਜੀ। ਹਾਂਜੀ, ਠੀਕ ਹੈ। ਅੱਛਾ, ਇਹਦਾ ਰੇਟ ਕੀ ਕਰਦੇ ਹੋ? ਇਹਦਾ ਰੇਟ ਫੋਨ 'ਤੇ ਕਰ ਦੇਵਾਂਗੇ ਜੀ। ਠੀਕ ਹੈ, ਖੋਲੋ ਬਾਈ ਇਹਨੂੰ। ਸੋ ਦੱਸੋ ਰੇਟ ਫੋਨ 'ਤੇ ਰਹਿਣਾ? ਦੋ ਦੰਦ ਹੈ ਜੀ। ਠੀਕ ਹੈ, ਦੋ ਦੰਦ ਵੈੜ, ਅਤੇ ਇਹਨੇ ਟੌਮ ਕੈਟ ਦੀ ਵੱਛੀ ਨੂੰ ਜਨਮ ਦਿੱਤਾ ਹੈ। ਮੈਂ ਉਹ ਸਟਰਾ ਦੇਖਿਆ, ਮੈਂ ਉਹਦੇ ਹਿਸਾਬ 'ਤੇ ਤੁਹਾਨੂੰ ਦੱਸਦਾ, ਕਿਉਂਕਿ ਬਾਈ ਜੀ ਹੋਰਾਂ ਦੇ ਨਾਮ ਧਿਆਨ 'ਚ ਨਹੀਂ ਰਹਿਣਾ ਟੌਮ ਕੈਟ, ਉਹਦੇ ਕਰਕੇ ਇਹ ਮੈਂ ਸੀਮਣ ਬਾਰੇ ਤੁਹਾਨੂੰ ਦੱਸਦਾ। ਹਵਾਨਾ ਦੇਖ ਸਕਦੇ ਹੋ, ਇਹਦਾ ਵੀ ਸੋਹਣੇ ਹਵਾਨੇ ਦੀ ਵੈੜ ਹੈ। ਦੱਸੋ ਸੋਹਣਾ ਰੰਗ ਲਾਲ, ਉਮਰ ਹਜੇ ਸਿਰਫ 2 ਦੰਦ ਆ, ਤਾਂ ਕੱਦ ਕਾਠ ਇਹਨੇ ਹੋਰ ਕਰਨਾ ਹੈ, ਵਧੂ ਫੁੱਲੂਗੀ, ਅਤੇ ਨਾਲ ਵੱਛੀ ਵੀ ਇਹਦੇ ਮਿਲ ਜਾਣੀ। ਰੰਗ ਬਹੁਤ ਸੋਹਣਾ। ਦੱਸੋ ਆਪ ਜਿਹੜੀ ਇਹ ਗਾਂ ਤੁਸੀਂ ਸਾਹਮਣੇ ਦੇਖ ਸਕਦੇ ਹੋ, ਵੱਛੀ ਤੁਹਾਨੂੰ ਫੇਰ ਦਿਖਾਊਂਗਾ। ਸੀਲ ਠੰਡੀ, ਇਹ ਵੀ ਫੁੱਲ ਹੈ। ਸੋ ਇਹ ਦੂਜੇ ਨੰਬਰ 'ਤੇ ਵੈੜ ਲੈ ਚੱਲੇ ਉੱਧਰ ਨੂੰ ਬਾਈ। ਸੋ ਇਹਦਾ ਤੁਸੀਂ ਹਵਾਨਾ ਦੇਖ ਸਕਦੇ ਹੋ, ਸੋਹਣਾ ਹਵਾਨਾ ਤਿਆਰ ਕੀਤਾ ਕਰਮ ਵਾਲੀ ਨੇ, ਚੰਗੇ ਢਾਂਚੇ ਦੀ ਹੈ। ਅਤੇ ਜਿਹੜੀ ਵੱਛੀ ਹੈ ਦੱਸੋ, ਦੇਖ ਲਓ ਜੀ, ਇਹ ਟੌਮ ਕੈਟ ਬੁੱਲ ਦੀ ਵੱਛੀ ਹੈ। ਇਹਦੇ ਨਾਲ ਫੇਸ ਤੋਂ ਵੀ ਤੁਸੀਂ ਦੇਖੋ, ਮਾਂ ਨਾਲੋਂ ਜ਼ਿਆਦਾ ਪਿਓਰਿਟੀ ਵਾਲੇ ਪੱਖ ਨੂੰ ਤੁਰੂਗੀ ਵੱਛੀ ਜਰਸੀ ਬਰੀਡ ਦੇ ਵਿੱਚ। ਸੋ ਇਹ ਦੂਜੇ ਨੰਬਰ 'ਤੇ ਵੈੜ, ਅਤੇ ਇਹ ਤੋਂ ਬਿਨਾਂ ਇੱਕ ਇੱਧਰ ਗਾਂ ਦੱਸੋ ਦੂਜਾ ਸੂਆ। ਸੋ ਤੁਸੀਂ ਆਪਦੀ ਸਮਝ ਨਾਲ ਜਿਹੜਾ ਮਰਜ਼ੀ ਪਸ਼ੂ ਖਰੀਦ ਲਿਓ ਜੀ, ਨੰਬਰ ਸਕਰੀਨ ਉੱਤੇ ਚੱਲੀ ਜਾਂਦਾ। ਧੰਨਵਾਦ ਵੀਡੀਓ ਦੇਖਣ ਵਾਸਤੇ।